teachers and dear students, good morning to all of you. Good morning, ma'am. Students, today's good word of the day is bio. Bio kya hota hai? Bio jo hai, jeev ka bio se liya gaya hai. Te iska matlab hai jeevan, life. Bio ka kya matlab hai? Jeevan. Very good. Te aaj ka jo first related word hai, that is biosphere. ਕਾਲਾ ਸੀ ਸਫੀਅਰ ਇੱਕ ਵਰਡ ਦੇ ਵਿੱਚ ਆ ਰਿਹਾ ਸੀ ਕਿਹੜਾ ਵਰਡ ਕੀਤਾ ਸੀ ਕਾਲਾ ਪਾ ਉੱਚੀ ਬੋਲੋ ਹਾਈਡ੍ਰੋਸਫੀਅਰ ਵੈਰੀ ਗੁੱਡ ਕਾਲਾ ਸੀ ਕੀਤਾ ਸੀ ਹਾਈਡ੍ਰੋਸਫੀਅਰ ਤੇ ਅੱਜ ਅਸੀਂ ਕਰਨ ਜਾ ਰਹੇ ਹਾਂ ਬਾਇਓਸਫੀਅਰ ਬਾਇਓ ਇਜ਼ ਲਾਈਫ ਬਾਇਓ ਦਾ ਮਤਲਬ ਹੈ ਲਾਈਫ ਦਾ ਸਫੀਅਰ ਕੀ ਹੁੰਦਾ ਸੋਲਿਡ ਰਾਉਂਡ ਪਾਰਟ ਉਹ ਏਰੀਆ ਉਹ ਕਹਿੰਦੇ ਆ ਸਫੀਅਰ ਤੇ ਅਸੀਂ ਬਾਇਓਸਫੀਅਰ ਜਿੱਦਾਂ ਅਸੀਂ ਤਿੰਨ ਸਫੀਅਰਸ ਹੁੰਦੇ ਆ ਇੱਕ ਤਾਂ ਅਸੀਂ ਹਾਈਡ੍ਰੋਸਫੀਅਰ ਕੀਤਾ ਨਾਲ ਜਲ ਮੰਡਲ ਇੱਕ ਹੁੰਦਾ ਹੈ ਲਿਥੋਸਫੀਅਰ ਉਹ ਹੁੰਦਾ ਹੈ ਸਥਲ ਮੰਡਲ ਤੇ ਤੀਸਰਾ ਹੁੰਦਾ ਹੈ ਐਟਮੋਸਫੀਅਰ ਉਹ ਹੁੰਦਾ ਹੈ ਵਾਯੂ ਮੰਡਲ ਇਹਨਾਂ ਤਿੰਨਾਂ ਮੰਡਲਾਂ ਦੇ ਵਿੱਚ ਐਦਾਂ ਦੀ ਜਗ੍ਹਾ ਜਿੱਥੇ ਜੀਵ ਜਿਹੜਾ ਹੈ ਕੋਈ ਵੀ ਪ੍ਰਾਣੀ ਹੈ ਜੀਵ ਜੰਤੂ ਹੈ ਪੌਦੇ ਹੈ ਉਹ ਜੀਵਿਤ ਰਹਿ ਸਕਦੇ ਹੈ ਉਹ ਕਹਿੰਦੇ ਹੈ ਬਾਇਓਸਫੀਅਰ ਠੀਕ ਹੈ ਜੀ ਔਰ ਜਿੱਦਾਂ ਹੁਣ ਅਸੀਂ ਮੂਨ ਦੇ ਉੱਤੇ ਅਰਥ ਤੁਸੀਂ ਦੇਖਿਆ ਹੋਏਗਾ ਕਿ ਚੰਦਰਯਾਨ ਭੇਜਿਆ ਸੀ ਇੰਡੀਆ ਨੇ ਇਸਰੋ ਵੱਲੋਂ ਗਿਆ ਸੀ ਉਹ ਕਿਉਂ ਗਿਆ ਸੀ ਵਾਸਤੇ ਉੱਥੇ ਭੇਜਿਆ ਸੀ ਕਿ ਮੂਨ ਦੇ ਉੱਤੇ ਚੰਦਰਮਾ ਦੇ ਉੱਤੇ ਕਿਆ ਬਾਇਓਸਫੀਅਰ ਹੈ ਮਤਲਬ ਕਿਆ ਉੱਥੇ ਜੀਵਨ ਹੈ ਕਿਸੇ ਤਰ੍ਹਾਂ ਦੀ ਜੀਵਨ ਦੀ ਮਤਲਬ ਉੱਥੇ ਸੰਭਾਵਨਾ ਹੈ ਇਹ ਦੇਖਣ ਵਾਸਤੇ ਗਿਆ ਸੀ ਠੀਕ ਹੈ ਜੀ ਨੈਕਸਟ ਵਰਡ ਹੈ ਬਾਇਓਗ੍ਰਾਫੀ ਬਾਇਓਗ੍ਰਾਫੀ ਦੋ ਵਰਡਸ ਤੋਂ ਬਣਿਆ ਹੋਇਆ ਬਾਇਓ ਪਲੱਸ ਗ੍ਰਾਫੀ ਬਾਇਓ ਦਾ ਮਤਲਬ ਹੈ ਜੀਵਨ ਤੇ ਗ੍ਰਾਫੀ ਕੀ ਹੁੰਦਾ ਹੈ ਅ ਕਾਈਂਡ ਆਫ ਰਾਈਟਿੰਗ ਅਸੀਂ ਜਦੋਂ ਕਿਸੇ ਵੀ ਪਰਸਨ ਦੇ ਜੀਵਨ ਦੇ ਉੱਤੇ ਕੋਈ ਉਹਦੀ ਕਹਾਣੀ ਲਿਖਦੇ ਹਾਂ ਉਹ ਅਸੀਂ ਬਾਇਓਗ੍ਰਾਫੀ ਕਹਿੰਦੇ ਹਾਂ ਤੇ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਪਿਕਚਰ ਆਈ ਸੀ ਦੰਗਲ ਆਮਿਰ ਖਾਨ ਦੀ ਸ਼ਾਇਦ ਤੁਸੀਂ ਸਾਰਿਆਂ ਨੇ ਦੇਖੀ ਹੋਏਗੀ ਉਹਦੇ ਵਿੱਚ ਜਿਹੜੀ ਬਾਇਓਗ੍ਰਾਫੀ ਸੀ ਉਹ ਕਿਸ ਦੇ ਉੱਤੇ ਸੀ ਬੇਸ ਉਹ ਸੀਗੀ ਬਬੀਤਾ ਫੋਗਾਟ ਤੇ ਗੀਤਾ ਫੋਗਾਟ ਦੇ ਉੱਤੇ ਹਨਾ ਇਹ ਦੋ ਲੜਕੀਆਂ ਜਿਹੜੀਆਂ ਰੈਸਲਰਸ ਹੈ ਹਰਿਆਣੇ ਦੀਆਂ ਉਹਨਾਂ ਦੇ ਉੱਤੇ ਪਿਕਚਰ ਬਣੀ ਸੀ ਜਿਹੜੀ ਦੰਗਲ ਮੂਵੀ ਸੀ ਤੇ ਉਹਨਾਂ ਦਾ ਫਾਦਰ ਉਹਨਾਂ ਦੇ ਜਿਹੜੇ ਹੈਗੇ ਆ ਮਹਾਵੀਰ ਸਿੰਘ ਫੋਗਾਟ ਉਹਨਾਂ ਦੀ ਬਾਇਓਗ੍ਰਾਫੀ ਸੌਰਵ ਇੱਕ ਲੁਕਲ ਪਰਸਨ ਹੈ ਰਾਈਟਰ ਹੈ ਉਹਨਾਂ ਨੇ ਲਿਖੀ ਹੈ ਔਰ ਬਾਇਓਗ੍ਰਾਫੀ ਦਾ ਨਾਮ ਹੈ ਅਖਾੜਾ ਠੀਕ ਹੈ ਇਹ ਜਿਹੜੀ ਬਾਇਓਗ੍ਰਾਫੀ ਹੈ ਉਹ ਕਿਹਨਾਂ ਨੇ ਲਿਖੀ ਹੈ ਸੌਰਵ ਲੁਕਲ ਨੇ ਠੀਕ ਹੈ ਔਰ ਬਾਇਓਗ੍ਰਾਫੀ ਦੇ ਨਾਲ ਹੀ ਇੱਕ ਕਨੈਕਟਡ ਵਰਡ ਹੈ ਆਟੋ ਬਾਇਓਗ੍ਰਾਫੀ ਆਟੋ ਦਾ ਮਤਲਬ ਹੁੰਦਾ ਆਤਮ ਆਪਣੀ ਬਾਇਓਗ੍ਰਾਫੀ ਦਾ ਮਤਲਬ ਹੋ ਗਿਆ ਜੀਵਨੀ ਤੇ ਆਟੋ ਬਾਇਓਗ੍ਰਾਫੀ ਦਾ ਮਤਲਬ ਕੀ ਹੋਇਆ ਸਵੈ ਜੀਵਨੀ ਆਪਣੀ ਜੀਵਨੀ ਆਤਮ ਕਥਾ ਜਿਹਨੂੰ ਅਸੀਂ ਕਹਿੰਦੇ ਹਾਂ ਤੇ ਜਿੱਦਾਂ ਹੁਣ ਅੱਜ ਸਾਨੂੰ ਪਤਾ ਹੈ ਕਿ 15 ਅਕਤੂਬਰ 1931 ਨੂੰ ਡਾਕਟਰ ਏਪੀਜੇ ਅਬਦੁਲ ਕਲਾਮ ਦਾ ਜਨਮ ਹੋਇਆ ਸੀ ਮਤਲਬ ਅੱਜ ਦੇ ਦਿਨ ਉਹਨਾਂ ਦਾ ਜਨਮ ਦਿਵਸ ਮਨਾਇਆ ਜਾਂਦਾ ਹੈ ਤੇ ਉਹਨਾਂ ਦੀ ਆਟੋਬਾਇਓਗ੍ਰਾਫੀ ਦਾ ਨਾਮ ਹੈ ਦ ਵਿੰਗਸ ਆਫ ਫਾਇਰ ਵਿੰਗਸ ਆਫ ਫਾਇਰ ਜਿਹੜੀ ਹੈ ਦੈਟ ਇਜ਼ ਆਟੋਬਾਇਓਗ੍ਰਾਫੀ ਆਫ ਡਾਕਟਰ ਏਪੀਜੇ ਅਬਦੁਲ ਕਲਾਮ ਠੀਕ ਹੈ ਜੀ ਨੈਕਸਟ ਵਰਡ ਹੈ ਬਾਇਓਲੋਜੀ ਬਾਇਓਲੋਜੀ ਦਾ ਮਤਲਬ ਹੈ ਬਾਇਓ ਇਜ਼ ਲਾਈਫ ਤੇ ਲੋਜੀ ਇਜ਼ ਸਟੱਡੀ ਮੀਨਸ ਆਪਾਂ ਜ਼ਿੰਦਗੀ ਦੀ ਸਟੱਡੀ ਕਰਨਾ ਮੀਨਸ ਜੀਵਾਂ ਦੀ ਸਟੱਡੀ ਕਰਨਾ ਠੀਕ ਹੈ ਜੀਵ ਵਿਗਿਆਨ ਇਹਨੂੰ ਕਹਿੰਦੇ ਆ ਔਰ ਜਿਹੜੀ ਬਾਇਓਲੋਜੀ ਹੁੰਦੀ ਹੈ ਉਹਦੇ ਉੱਪਰ ਦੋ ਪਾਰਟਸ ਹੈ ਵਨ ਇਜ਼ ਬੋਟਨੀ ਬੋਟਨੀ ਹੁੰਦਾ ਹੈ ਸਟੱਡੀ ਆਫ ਪਲਾਂਟਸ ਤੇ ਜ਼ੂਲੋਜੀ ਹੁੰਦਾ ਹੈ ਸਟੱਡੀ ਆਫ ਐਨੀਮਲਸ ਠੀਕ ਹੈ ਜੀ ਅਗਲਾ ਹੈ ਵਰਡ ਐਂਟੀਬਾਇਓਟਿਕ ਐਂਟੀ ਦਾ ਮਤਲਬ ਹੁੰਦਾ ਹੈ ਅਗੇਂਸਟ ਵਿਰੁੱਧ ਤੇ ਬਾਇਓਟਿਕ ਹੁੰਦਾ ਹੈ ਸੌਰਟ ਆਫ ਲਿਵਿੰਗ ਆਰਗੇਨਿਜ਼ਮ ਮਤਲਬ ਐਂਟੀਬਾਇਓਟਿਕ ਇੱਕ ਡਰੱਗ ਹੈ ਇੱਕ ਟੈਬਲੇਟ ਹੈ ਜਾਂ ਕੋਈ ਦਵਾਈ ਹੈ ਜਿਸ ਦਾ ਯੂਜ਼ ਅਸੀਂ ਕਰਦੇ ਹਾਂ ਜਿਹੜੇ ਸਾਨੂੰ ਬੈਕਟੀਰੀਅਲ ਇਨਫੈਕਸ਼ਨ ਹੁੰਦੇ ਆ ਉਹਦੇ ਅਗੇਂਸਟ ਆਪਾਂ ਯੂਜ਼ ਕਰਦੇ ਹਾਂ ਐਂਟੀਬਾਇਓਟਿਕਸ ਦਾ ਠੀਕ ਹੈ ਦਵਾਈ ਹੁੰਦੀ ਹੈ ਹੁਣ ਜਿਸ ਤਰ੍ਹਾਂ ਅੱਜ ਦਾ ਦਿਨ ਜਿਹੜਾ ਹੈ ਉਹ ਗਲੋਬਲ ਹੈਂਡ ਵਾਸ਼ਿੰਗ ਡੇ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ ਹੈਂਡ ਵਾਸ਼ ਕਿਉਂ ਕਰਦੇ ਹਾਂ ਆਪਾਂ ਕਿਉਂਕਿ ਸਾਡੇ ਜਿਹੜੇ ਬੈਕਟੀਰੀਆ ਹੈ ਜਰਮਸ ਹੈ ਕਦੀ ਖੇਡ ਰਹੇ ਆ ਪਸੀਨਾ ਆ ਰਿਹਾ ਹੈ ਜਾਂ ਕੁਝ ਚੀਜ਼ਾਂ ਨੂੰ ਜਿੱਦਾਂ ਗੈਜਟਸ ਨੂੰ ਟੱਚ ਕਰਦੇ ਆ ਉਹਨਾਂ ਦੇ ਉੱਤੇ ਵੀ ਜਰਮਸ ਹੁੰਦੇ ਆ ਉਹਨਾਂ ਦੇ ਨਾਲ ਸਾਡੇ ਹੱਥ ਗੰਦੇ ਹੋ ਜਾਂਦੇ ਹਨ ਬੈਕਟੀਰੀਆ ਆ ਜਾਂਦੇ ਹਨ ਤੇ ਜਦੋਂ ਅਸੀਂ ਕੁਝ ਖਾਂਦੇ ਆ ਬਿਨਾਂ ਹੱਥ ਧੋਏ ਤਾਂ ਕੀ ਹੁੰਦਾ ਹੈ ਉਹ ਸਾਰੇ ਬੈਕਟੀਰੀਆ ਸਾਡੇ ਅੰਦਰ ਚਲੇ ਜਾਂਦੇ ਆ ਤੇ ਉਹਦੇ ਨਾਲ ਅਸੀਂ ਬਿਮਾਰ ਹੋ ਜਾਂਦੇ ਆ ਇਨਫੈਕਸ਼ਨ ਹੋ ਜਾਂਦਾ ਹੈ ਸਾਨੂੰ ਤਾਂ ਐਂਟੀਬਾਇਓਟਿਕਸ ਜਿਹੜੀਆਂ ਟੇਬਲੈਟਸ ਹੈ ਜਾਂ ਦਵਾਈਆਂ ਹੈ ਉਹ ਸਾਨੂੰ ਡਾਕਟਰ ਉਦੋਂ ਦਿੰਦੇ ਹੈ ਜਦੋਂ ਸਾਨੂੰ ਬੈਕਟੀਰੀਅਲ ਇਨਫੈਕਸ਼ਨ ਹੋ ਜਾਂਦਾ ਹੈ ਇਸ ਕਰਕੇ ਅੱਜ ਜੇ ਅਸੀਂ ਇਹ ਸਿੱਖ ਜਾਈਏ ਕਿ ਪ੍ਰੋਪਰਲੀ ਅਸੀਂ ਹੈਂਡ ਵਾਸ਼ ਕਰਾਂਗੇ ਜਦੋਂ ਅਸੀਂ ਖਾਣਾ ਖਾਈਏ ਤਾਂ
ਵਾਟੂ ਲੈਕਰ ਤੋਂ ਬਾਅਦ ਤਾਂ ਉਹਦੇ ਨਾਲ ਕੀ ਹੋਏਗਾ ਇਨਫੈਕਸ਼ਨ ਨਹੀਂ ਹੋਏਗੀ ਸਾਨੂੰ ਬਿਮਾਰੀ ਨਹੀਂ ਹੋਏਗੀ ਔਰ ਸਾਨੂੰ ਐਂਟੀਬਾਇਓਟਿਕਸ ਵੀ ਨਹੀਂ ਖਾਣੀ ਪੈਣੀ ਠੀਕ ਹੈ ਜੀ ਔਰ ਅੱਜ ਦਾ ਪੰਜਾਬੀ ਦਾ ਜੋ ਵਰਡ ਹੈ ਉਹ ਹੈ ਟਕਸਾਲ ਟਕਸਾਲ ਜੋ ਵਰਡ ਹੈ ਉਹ ਸੰਸਕ੍ਰਿਤ ਲੈਂਗੁਏਜ ਟੰਕਣਸ਼ਾਲਾ ਤੋਂ ਲਿਆ ਗਿਆ ਹੈ ਔਰ ਟਕਸਾਲ ਉਸ ਚੀਜ਼ ਨੂੰ ਕਹਿੰਦੇ ਨਾ ਜਿੱਥੇ ਸਿੱਕੇ ਬਣਾਏ ਜਾਂਦੇ ਸੀ ਸਾਡੇ ਦੇਸ਼ ਦੇ ਵਿੱਚ ਚੌਥੀ ਸਦੀ ਦੇ ਵਿੱਚ ਮਤਲਬ ਫੋਰਥ ਸੈਂਚਰੀ ਦੇ ਵਿੱਚ ਟਕਸਾਲ ਦੀ ਸ਼ੁਰੂਆਤ ਕੀਤੀ ਗਈ ਜਿੱਥੇ ਸਿੱਕੇ ਬਣਾਉਣੇ ਸ਼ੁਰੂ ਕੀਤੇ ਗਏ ਔਰ ਅੱਜ ਕੱਲ੍ਹ ਦਾ ਟਾਈਮ ਹੈ ਕਿ ਅੱਜ ਕੱਲ੍ਹ ਤਾਂ ਮਸ਼ੀਨਾਂ ਦੇ ਵਿੱਚ ਬਣਦੇ ਪਹਿਲਾਂ ਹਥੌੜੇ ਲੈ ਕੇ ਉਹਨੂੰ ਮਾਰ ਮਾਰ ਕੇ ਫਿਰ ਸਿੱਕੇ ਬਣਾਏ ਜਾਂਦੇ ਸੀਗੇ ਠੀਕ ਹੈ ਟਕਸਾਲ ਜਿਹੜਾ ਹੈ ਜਿੱਥੇ ਘੜੇ ਜਾਂਦੇ ਆ ਸਿੱਕੇ ਜਾਂ ਸਿੱਕੇ ਬਣਾਏ ਜਾਂਦੇ ਆ ਉਹਨੂੰ ਟਕਸਾਲ ਕਹਿੰਦੇ ਆ ਠੀਕ ਹੈ ਜੀ ਥੈਂਕ ਯੂ ਸੋ ਮਚ